ਠੀਕ ਬਾਨੀਆਂ ਮਜਲਿਸ ਦੇ ਮਰਹੂਮੀਨ ਵਾਸਤੇ ਸੂਰਹ ਫਾਤਿਹਾ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਲਹਮਦੁਲਿਲਾਹ ਰੱਬਿਲ ਆਲਮੀਨ ਅਰਰਹਿਮਾਨਿਰਰਹੀਮ ਮਾਲਿਕ ਯੌਮਿਦੀਨ ਇਯਾਕਾ يا رب الحسين بحق الحسين اشف صدر الحسين بظهور الحجة القائم على السلام اللهم صل على محمد وعلى محمد وقدر فرج آل محمد زبان موتر فرماؤ صلوات ਬਾਨੀਆਂ ਮਜਲਿਸ ਦੇ ਤਕਮੀਲ ਮਕਾਸਦ ਦੀ ਖਾਤਰ ਬੁਲੰਦ ਸਲਾਵਾਤ ਅੱਲਾਹੁਮਾ ਸੱਲ ਅਲਾ ਇਮਾਮ ਜ਼ਮਾਨਾ ਪਾਕ ਦੀ ਆਮਦ ਦੀ ਖਾਤਰ ਕੋਸ਼ਿਸ਼ ਕਰੋ ਮਿਲ ਕੇ ਬੁਲੰਦ ਸਲਾਵਾਤ ਅੱਲਾਹੁਮਾ ਸੱਲ ਅਲਾ ਨਾਰੇ ਤਕਬੀਰ ਨਾਰੇ ਰਸਾਲਤ بلند آواز نعرہ حیدری یا علی علیہ السلام سونی بلند صلوات پڑھو میں ذکر کرتا ہوں اجازت ہے میں نوکری شروع کروں التماس سے دعا ماشاء اللہ لا حول ولا قوۃ الا بالله العلی العظیم بسم اللہ الرحمن الرحیم یا کاشف کرب الوجد حسین اکشف کربی بحق اخی الحسین یا باب الحوائج یا حجاب ام المسائل ادرکنی ਅਦਰਕਨੀ ਅਦਰਕ ਨਿਫੀ ਸਬੀਲਿਲਲਾਹ ਅੱਲਾਹੁਮਾ ਸੱਲਿ ਅਲਾ ਮੁਹੰਮਦ ਵਾ ਆਲ ਮੁਹੰਮਦ ਵਾ ਅਜਲ ਫਰਜ ਆਲ ਮੁਹੰਮਦ ਪਰਚਾਵਣੀ ਹੋਵੀ ਪੁੱਤਰਾਂ ਦੀ ਮਮਨੋਨ ਹੁਸੈਨ ਅਰਮਾਨ ਉਹਦੇ ਜੈ ਚੋਲੇ ਚਾ ਕੇ ਕਿਤੇ ਹਰ ਮਨ ਜਲਤੇ ਹਰ ਬੰਦੇ ਵਹਿਣ ਸਮਝ ਆਈ ਸਮਝਾ ਕੇ ਪੜ੍ਹ ਦੇਵਾਂ ਜਦ ਸਜਦਾ ਦਾ ਲੁੱਟਾ ਹੋਇਆ ਕਾਫਲਾ ਕੂਫਾ ਦੇ ਬਾਜ਼ਾਰ ਚ ਆਇਆ ਸਦਰ ਦਰਵਾਜ਼ੇ ਤੇ ਆਵਾਜ਼ ਆਈ ਅਕਬਰ ਦਾ ਬਾਬਾ ਆਪਣੇ ਵਕੀਲ ਦਾ ਸਲਾਮ ਹੋਇਆ ਜੰਗਲ ਅੱਖਾਂ ਖੁੱਲੀਆਂ ਮੇਰੇ ਇਮਾਮ ਦੀਆਂ ਮੁਸਲਿਮ ਦੇ ਸਰ ਤੇ ਨਿਗਾਹ ਰੁਕੀਏ ਸਾਂਗ ਰੁਕੀਏ ਤੇ ਸਾਰਾ ਕਾਫਲਾ ਰੁਕ ਗਿਆ ਹੌਲੇ ਹੌਲੇ ਆਵਾਜ਼ ਪਈ ਆਉਂਦੀ ਹੈ ਪਰ ਜਾ ਤੇ ਤੁਹਾਡਾ ਬਹੁ ਮਮਨੋ
ਹੁਸੈਨ ਅਰਮਾਨ ਆਉਂਦੇ ਜੈ ਚੋਲੇ ਚਾ ਕੇ ਕਿਤੇ ਹਰ ਮਨ ਸਲਤੇ ਵੈਣ ਜ਼ਿੰਦਗੀ ਦਰੋਣ ਵਾਸਤੇ ਅਗਲੀ 70 ਹੀ ਕਾਫੀ ਹੋਵੇ ਸੀ। ਇਹ ਗੱਲ ਅਕਬਰ ਦੇ ਗਰੀਬ ਬਾਬੇ ਕੀਤੀ ਹੈ, ਕੋਈ ਗੱਲ ਹੁਸੈਨ ਦੇ ਵਕੀਲ ਵੀ ਕੀਤੀ ਹੈ ਜਾਂ ਕੋਈ ਨਾ। ਮੁਸਲਿਮ ਦੀਆਂ ਅੱਖਾਂ ਖੁੱਲੀਆਂ ਨੇ, ਅਲੀ ਦੀਆਂ ਧੀਆਂ ਤੇ ਸਰਾਂ ਤੇ ਬੁਰਕੇ ਕੋਈ ਨਹੀਂ। ਅੱਜ ਅਕਬਰ ਦਾ ਬਾਬਾ ਇਜਾਜ਼ਤ ਹੋਵੇ ਇੱਕ ਗੱਲ ਮੈਂ ਵੀ ਕਰ ਲਵਾਂ। ਹਾਂ ਮੁਸਲਿਮ ਕਰ ਮੁਸਲਿਮ, ਅੱਜ ਅਕਬਰ ਦਾ ਬਾਬਾ ਕਿਉਂ ਆਂਦੀ ਹੈ ਜ਼ੈਨਬ ਬਾਜ਼ਾਰਾਂ ਵਿੱਚ ਲਹਰਾਂ ਦੇ ਦਿਲ ਦਾ ਚੈਨ ਮੁਸਲਿਮ ਦੇ ਮੁਲਕ ਨਸਲ ਵੈਲੀ ਕੋਲ ਸੈਦਾਂ ਦੀ ਤੈਨਾਂ ਰਸੀਆਂ ਪੈ ਅਲਹਮਦੁਲਿਲਾ। ਦੁਨੀਆਂ ਦੇ ਕਹਿ ਹਮ ਜਹਾਇ ਤੇ ਵਹਿਣ ਕਰ ਏਡੀ ਮਕਬੂਰ ਰੂਹਾਨੀਅਤ ਅਲੀ ਮਦੀਨੇ ਅਲੀ ਬਾਦਸ਼ਾਹ ਦੀ ਉਸ ਧੀ ਦਾ ਦੁੱਖ ਸ਼ੁਰੂ ਕੀਤਾ ਜਿਹੜੀ ਸਾਰੀਆਂ ਬੀਬੀਆਂ ਤੋਂ ਪਹਿਲੇ ਲੁੱਟੀ। ਸਮਝ ਗਏ ਉਹ ਸਾਰੀਆਂ ਬੀਬੀਆਂ ਤੂੰ ਪੂਰਾ ਇੱਕ ਮਹੀਨਾ ਪਹਿਲੇ ਲੁੱਟੀ, ਦੁਨੀਆਂ ਲੁੱਟੀਆਂ ਦਾ ਮੁਹਰਮ ਨੂੰ ਇਹ ਲੁੱਟੀ ਗਈ ਹੈ ਨੌ ਸਿਲਹਜ। ਔਰ ਮਿੰਬਰ ਹੁਸੈਨ ਤੇ ਖੜਾ ਜਿਹੜੇ ਮਿੱਟੀਆਂ ਤੇ ਬਹਿ ਕੇ ਧੀਆਂ ਭੈਣਾਂ ਨਾਲ ਲਾ ਕੇ ਰੋਂਦਾ ਬੈਠਾ ਹੈ, ਇਸ ਇਬਾਦਤ ਨੂੰ ਆਮ ਇਬਾਦਤ ਨੇ ਪਸੰਦ। ਸ਼ਰੀਫ ਬੈਠੇ ਹੋ, ਸ਼ਰੀਫ ਧੀਆਂ ਉੱਥੇ ਲੈ ਵੈਂਦੇ ਨੇ ਜਿੱਥੇ ਨਿਭਦੀ ਨਾ ਹੋ। ਇਸ ਰੋਵਣ ਦਾ ਪਤਾ ਤੁਹਾਨੂੰ ਕਬਰ 'ਚ ਲੱਗ। ਠੀਕ ਹੈ ਸਾਨੂੰ ਮਿਲ ਗਈ ਹੈ ਸੌਖੀ, ਇਸ ਨੇਮਤ ਦੀ ਬੇਕਦਰੀ ਨਾ ਪੇ ਕਰੇ। ਜ਼ਿੰਮੇਦਾਰੀ ਨਾਲ ਪਿਆਦਾ ਉਲਮਾ ਲਿਖਦੇ ਨੇ ਜਦੋਂ ਮੋਮਿਨ ਮਰਦ ਹੈ ਸਭ ਤੋਂ ਪਹਿਲੇ ਨਬੀਆਂ ਦਾ ਸੁਲਤਾਨ ਆ ਕੇ ਆਦਾ ਮੁਬਾਰਕ ਹੋਵੀ ਮੈਂ ਮੁਹੰਮਦ ਤੇਰੀ ਸ਼ਿਫਾਤ। ਇਹਦੇ ਬਾਅਦ ਮੇਰਾ ਮੁਰਸ਼ਦ ਅਲੀ ਆ ਕੇ ਆਦਾ ਮੋਮਿਨ ਮੁਬਾਰਕ ਹੋਵੀ ਮੈਂ ਅਲੀ ਵੀ ਤੇਰੀ ਸ਼ਿਫਾਤ। ਉਸਤਾਦ ਉਲ ਉਲਮਾ ਆਕਾ ਦਰਬੰਦੀ ਕਿਤਾਬ ਇਸਰਾਰੋ ਸ਼ਹਾਦਤ ਜੇ ਲਿਖਦੇ ਨੇ ਜਦੋਂ ਇਹ ਪਲਟ ਕੇ ਵੇ ਦਿਨ ਕੌਣ ਹੈ ਹੁਸੈਨ ਦੀ ਮਾਂ ਹੈ ਇੱਕ ਹੱਥ ਪਾਸ ਰੋਂਦੀ ਆਉਂਦੀ ਹੈ ਟੁਰਦੀ ਆਉਂਦੀ ਅਲੀ ਅਦਰੋ ਦੀ ਮੁਹੰਮਦ ਹੀ ਦੋ ਜੋ ਆ ਗਿਆ ਸੀ ਇਹਦੀ ਸ਼ਿਫਾਤ ਵਾਸਤੇ ਤੁਸਾਂ ਕਿਉਂ ਆਇਓ ਮੇਰੀ ਸੈਣਾ ਦੀ ਯਾ ਅਲੀ ਇਸ ਮੋਮਿਨ ਦੇ ਮੇਰੇ ਤੇ ਵੱਡੇ ਸਾਹ ਇਹ ਮਿੱਟੀਆਂ ਤੇ ਬਹਿ ਕੇ ਮੇਰੇ ਗਰੀਬ ਹੁਸੈਨ ਰੋਣੇ ਔਰ ਮੈਂਬਰ ਹੁਸੈਨ ਤੇ ਖੜਾ ਇਹ ਰੋਵਣਾ ਜਾਂ ਰੋਵਣਾ ਨਾ ਕਿ ਜ਼ਾਕਿਰ ਦਾ ਕਮਾਲ ਹੈ ਨਾ ਤੁਸਾਂ ਸ਼ੀਆ ਸੁਣਨੀ ਦੀ ਮਿਹਨਤ ਦਾ ਨਤੀਜਾ ਹਰ ਮਜਲਿਸ ਚਾਦਰ ਆਉਂਦਾ ਇਹ ਚੰਦ ਵਾਦਨ ਕਰੀ ਮੱਲਾ ਦੇ ਮੇਰੇ ਮੁਰਸ਼ਦ ਹੁਸੈਨ ਦੇ ਨਾਲ ਜਿਹੜੇ ਭਰੀ ਕਾਇਨਾਤ 'ਚ ਪੂਰੇ ਹੁੰਦੇ ਨਜ਼ਰ ਕਰ ਸਾਰਾ ਘਰ ਲੁਟਾ ਛੋੜਿਆ ਸੀ ਆਪਣਾ ਤਾਂ ਕੁਝ ਨਸ ਨਾ ਬਚਾਇਆ ਕਰੀਮ ਅੱਲਾ ਕਿਹੜਾ ਸੋਹਣਾ ਉਧਾਰ ਲਾਇਆ ਕੋਈ ਤਾਂ ਮਜ਼ਲੂਮ ਦੇ ਚੇਲਮ ਦੇ ਜ਼ਵਾਰ ਹੀ ਬੈਠੋ ਸੀ ਜ਼ਰਾ ਗਵਾਹੀ ਦੇਸੀ ਮੇਰਾ ਭਾਈ ਆਦਾ ਮੈਂ 5 ਦਫ਼ਾ ਜ਼ਵਾਰ ਹਾਂ ਮਜ਼ਲੂਮ ਦੇ ਚੇਲਮ ਮਤ ਗਵਾਹੀ ਦੇਵੇ 7 ਕਰੋੜ ਤਾਦਾਦ ਹੀ ਮਜ਼ਲੂਮ ਦੇ ਚੇਲਮ ਇਹ ਥੋੜ੍ਹੀ ਜਿਹੀ ਤਾਦਾਦ ਨਹੀਂ ਤਾਂ ਹੁਣੇ ਅੰਦਾਜ਼ ਹੋਵੇ ਸੀ ਜਿਹੜੇ ਹਾਜੀ ਬੈਠੇ ਹੋ ਗਵਾਹੀ ਦੇਸੋ ਇਹ ਹਾਜੀ ਦੇ ਦੌਰਾਨ ਤਾਦਾਦ ਹੁੰਦੀ ਉਹ ਫੋਕਤ ਲੱਖਾਂ ਦੀ 24 ਜਾਂ 25 ਲੱਖ ਸਾਰੀ ਹਕੂਮਤ ਪਰੇਸ਼ਾਨ ਹੋ ਜਾਂਦੀ ਮਿੰਬਰ ਦੀ ਕਸਮ ਹੈ ਭਾਵੇਂ 7 ਕਰੋੜ ਤਾਦਾਦ ਹੈ 80 ਮੀਲ 'ਚ ਦਸਤਰਖਾਨ ਹੈ ਅਕਬਰ ਦੇ ਬਾਬੇ ਅਤੇ ਕੋਈ ਜ਼ਵਾਲ ਸ਼ਿਕਾਇਤ ਨਹੀਂ ਕਰ ਸਕਦਾ ਪਾਣੀ ਨਹੀਂ ਮਿਲਿਆ ਖਾਣਾ ਨਹੀਂ ਮਿਲਿਆ ਰਹਿਸ਼ ਇਹ ਵਾਅਦੇ ਕਰੀਮ ਅੱਲਾ ਦੇ ਰਵਾਇਤ 'ਚ ਸਾਬਿਤ ਕਰ ਸਕਦਾ ਇੱਕ ਵਾਅਦਾ ਇਹ ਸਾਹਮਣੇ ਪੂਰਾ ਹੁੰਦਾ ਨਜ਼ਰ ਪੈਂਦਾ ਗਰਮੀ ਦੇ ਮੌਸਮ 'ਚ ਜਿਹੜੇ ਬੱਚੇ ਰੋਂਦੇ ਪੈਣ ਇਹਨਾਂ ਨੂੰ ਵੇਖ ਕੇ ਇਹ ਸਾਹਮਣੇ ਪੂਰਾ ਹੁੰਦਾ ਨਜ਼ਰ ਰਵਾਇਤ 'ਚ ਸਾਬਿਤ ਕਰ ਸਕਦਾ ਮੇਰਾ ਹੁਸੈਨ ਇਹਨਾਂ ਤੇਰਾ ਘਰ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਮੈਂ ਅੱਲਾ ਵਾਅਦਾ ਪਿਆ ਕਰੇ ਨਾ ਇਸ ਕਾਇਨਾਤ 'ਚ ਦੋ ਹੀ ਘਰ ਹੁਸੈਨ ਜਾਂ ਮੈਂ ਅੱਲਾ ਦਾ ਘਰ ਜਾਂ ਤਾਂ ਹੁਸੈਨ ਕਿਹੜਾ ਸੋਹਣਾ ਘਰ ਬਣਾਇਆ ਨੇ ਇਮਾਮ ਹੁਸੈਨ ਬਾਦ ਬਣ ਨਹੀਂ ਗਿਆ ਇਹ ਵਾਅਦੇ ਕਰੀਮ ਅੱਲਾ ਦੇ ਰਵਾਇਤ ਸਾਬਿਤ ਕਰਦੇ ਮੇਰਾ ਹੁਸੈਨ ਨੇ ਤੇਰਾ ਘਰ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਮੈਂ ਅੱਲਾ ਵਾਅਦਾ ਪਿਆ ਕਰੇ ਨਾ ਇਸ ਕਾਇਨਾਤ 'ਚ ਦੋ ਹੀ ਘਰ ਹੁਸੈਨ ਜਾਂ ਮੈਂ ਅੱਲਾ ਦਾ ਘਰ ਜਾਂ ਤਾਂ ਹੁਸੈਨ ਦਾ ਘਰ ਇਹਨਾਂ ਤੇਰਾ ਨਾਮ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਅੱਲਾ ਵਾਅਦਾ ਪਿਆ ਕਰੇ ਨਾ ਇਸ ਕਾਇਨਾਤ 'ਚ ਮੈਂ ਅੱਲਾ ਦੇ ਬਾਅਦ ਸਭ ਤੋਂ ਜ਼ਿਆਦਾ ਜ਼ਿਕਰ ਤੈਂ ਹੁਸੈਨ ਦੋ ਬੇਸ਼ੱਕ ਨਾ ਗਵਾਹੀ ਤਾਂ ਦੇ ਸਕਦੇ ਹੋ ਅਤੇ ਇਹਨਾਂ ਤੇਰਾ ਪਾਣੀ ਬੰਦ ਕੀਤਾ ਮੈਂ ਅੱਲਾ ਵਾਅਦਾ ਪਿਆ ਕਰੇ ਨਾ ਨਾ ਮੈਂ ਅੱਲਾ ਦੇ ਨਾਂ ਦੀ ਸਬੀਲ ਹੋ ਸੀ ਨਾ ਕਹਿ ਨਬੀ ਦੇ ਨਾਂ ਦੀ ਸਬੀਲ ਹੋ ਸੀ ਸਬੀਲ ਹੋ ਸੀ ਤਾਂ ਫਕਤ ਸਬੀਲ ਹੁਸੈਨ ਹੋ ਸੀ ਇਹਨਾਂ ਬੱਚਿਆਂ ਨੂੰ ਰੋਂਦਾ ਵੇਖ ਕੇ ਆਖਰੀ ਵਾਅਦਾ ਯਾਦ ਪੈਂਦਾ ਮੇਰਾ ਹੁਸੈਨ ਇਹਨਾਂ ਤੇਰੀ ਲਾਸ਼ ਤੇ ਤੇਰੀਆਂ ਸਕੀਆਂ ਭੈਣਾਂ ਨੂੰ ਰੋਵਣ ਨਹੀਂ ਦਿੱਤਾ ਉਹ ਮੇਰਾ ਹੁਸੈਨ ਮੈਂ ਅੱਲਾ ਵਾਅਦਾ ਪਿਆ
قوم پیدا کرے سا بچے تیرے بچیاں نوں روسن جوان تیرے جواناں نوں روسن بڈھڑے تیرے بڈھڑے نوں روسن میرا حسین بندے اپنے رو کے چپ کر ویسن تیرے اکبر نوں انج روسن جے علی اکبر ہن زین تو لگدا مرحبا 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 واٹے پورے ہو گیا کوئی نہ بچے وی روندے پے جوان وی روندے پے بڈھڑے وی روندے پے گواہی دسو بھائی وعدے پورے ہون یا کوئی نہ ہوں لمبا مسئلہ بھی نہیں پڑھتا علی بادشاہ دی اس دھی دا دکھ شروع کیتے جڑی ساری بیبیاں تو پہلے لٹی گئی ساری لٹیاں گئی ہیں دا محرم اے لٹی گئی ہے نو ذوالحج تے باوی فرمیندے رہندے نقصان بھی علی بادشاہ دی اس دھی دا سب تو زیادہ ہویا کیویں چھ پتر دی ماں ہے اس بیبی دی قبر کلی حق تو بنتا ہاں سجے کھبے کہیں پتر دی بھی قبر دنیا دا رواج ہے دستور ہے کوئی بھی مستور سفر ہی ٹورے کلی نہیں ٹرتی کہ مرد نو نال لا کے ٹور کوئی مرد نہ ہو اس کہ چھوٹے بچے نو نال لا کے ٹور پی راہ ڈوڈن دا بہانہ ہوتا ہے چھ پتر دی ماں ہے قبر کلی اس واسطے چھ پتر چ دو بیرا مامے دے رلے گھر بلا گھس گئے مرحبا 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 دو شام غریب ماں تو نکل گئے تے جنگالا دو شہزادے او ہیں جنہاں دا مسئلہ میں شروع کر اٹھ ذیل حج کون ڈی ڈھلن دے بعد قاضی دے حوالے کر کے فرمیندے پن قاضی میرے پتر دی پارت اچھے قاضی اللہ مولا سن دے تے پیو ہر پاسے آواز ہے جڑا مسلم دے شہزادیاں دے سر گھننا سی انعام مل ویسے حسین دے وکیل چاچا او گل کیتی ہے زندگی درومن واسطے کافی ہوئے وکیل حسین دادا نہ آپ رو نہ میں کروا میری اکھی دے سامنے میرا دونوں شہزادے نوں لئی وانج میرے ونجن دے بعد دل کی رکھے دل کی ٹور چھوڑے کیوں پیا دن مقصد ہا مسلم دا میں کو کس دیا پتر نہ ویکھن ہائے ایڈی غربت پردیس جو پتر کو کس دیا میں نہ ویکھن اچھا قاضی لے کے ٹور پہ دونوں شہزادے نوں شہر دے باہر آئے اشارہ کر کے آدھا کہ ماں نوں ملنا چاہندے ہو او قافلہ پیا ویندا جدی دھول نظر پیا کتاب روزۃ المظلومین دے لفظ سن آدھا او قافلہ پہ وہدے جی دھول نظر پیا جیندیا ماں بلمس اما اما کر کے دوڑے تو ہن دوڑدیا دوڑدیا وڈے شہزادے ڈٹھے سجے موڈے نال چھوٹا بھرا نظر نسا جلدی نال واپس آئے کہ ڈٹھے نکے نکے ہاتھ ریت تے مار کے آدھا بیٹھے اما ہن بچڑے ڈاڑے تھک پے وڈا شہزادہ منہ چوم کے آدھے ویرن یاد رکھے اتھے ہی رہ گئے جیندیا ماں نہ مل سکے آدھے کوشش منہ کیتے ٹر نہ پسے ایک دو میں گل آ کے سم گئے صبح ہوئی ہے فوجیاں دوڑیاں گھوڑے تے فوجی سوار ہیں ایک ظالم دی نظر پی ہے اشارہ کر کے آدھے او ویکھو مسلم دے یتیم ستے ہو چوگردوں آ کے حالا پایا نے ایک ظالم آدھے آکھو تو ایو جے جھنک دے ماں اما اما کر کے اٹھے ایک ظالم آدھے آکھو تو ایو جے جھنک دے ماں انہاں نے ماں دے نام ہی بھول ونجے ایک چٹی داری والے سپاہی آدھے حیا کروا تواڈی اپنی اولاد کوئی نہیں ان بچیاں کا کہڑا قصور ہے انہوں نے ہوں واہ بھائی واہ بھائی واہ بھائی میں تو سمجھا تھکا بیٹھا اس نے اچھا شور دی وجہ تو بھائی جی وڈے شہزادے دی اکھ کھلی ہے تے سپاہیاں تے نگاہ کیتی شور دی وجہ تو آپس وچ گلاں ہوئیاں شور دی وجہ تو وڈے شہزادے دی اکھ کھلی ہے سپاہیاں تے نگاہ اے اگلی گل تسا نہیں جان دے میری ماواں بہناں دیاں مجلس وچ بیٹھیاں نے بہتر جان دیاں پنج یا سات سال دا بچہ ہوے تے گرمی دا موسم ہوے جدہ جاگ دے پہلے اکھا نہیں کھلیں دا گواہی دے سو بھئی کے کریں دے ماں تو پانی منگ دے بڑے جگائے آجا اکھا نائز کھولیاں سجے کھبے ہاتھ مارنے شروع کی دے آدھے اما میں کو پانی دے میں کو ترے کھا گئی ہے بڑا مو چم کیا دے ویرن ماں کے ترے گئی ہے اٹھی دے کباب دے کاتے لائی کھا اٹھی دے کباب دے کاتے لائی مرحبا 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 اٹھی دے کباب دے کاتے لائی معاف کرے سو بھائی اوکھے لفظ آپ گھوڑے تے سوار ہیں تے شہزادیاں دے ہتھاں کوش آئے تے کر سکدے ہو گرمی ضرور ہے آئے تواڈے واسطے تے گھوڑیاں دی پچھو دوڑ دے آندے قید خانے چ مشکور دے آ کے مہمان عید دی خوشیاں چ مشکور دوواں شہزادے نوں بھول گئے کناں تے آواز آئی تے بھول گئے نہیں یا بھلا چھوڑے اچھا روندا ودا ہے دوڑدا ودا ہے قید خانے چ آئے منظر عجیب ڈٹھا وڈا شہزادہ ہے انج بھرا دا سر جھولے چ پئے اچی اچے وہن کر کے روندا تے آدھے شہزادہ میں اگے بھی قید خانے چاہندا سی
आ जाओ बिस्मिल। ये मंजर कदी ना दिठा, बिरा दा सर झोली च पा के क्यों रोंदा बैठा, रोवण की वजह पूछे मशहूर शलादा दे ए दसा, दो बिरा होवन माँ तो निखड़ वंजन, परदेस च बाबा मारिया वंजे, कैद खाने जो बड़े बिरा दी झोली छोटा बिरा मर वंजे, वड्डा रोवे नहीं तो क्या कर, आदे तेरा बिरा मर गया। हाँ पहले अम्मा मकर के रोंदा रे, हूँ मैं बोला ना जवाब नहीं दे। किताब रोज़ातुल मज़लूमीन दे लफ़्ज़ चाचा मशकूर करीब आया ते नबस ते हथ रख क्या दे शहज़ादा तेरा बिरा जिंदा है, तू इत्थे ही रुक, मैं कोई हकीम खिना, हकीम का नाम आया हूँ विकस मेरे पास, हकीम का नाम आया शहज़ादा दे मिन्नत लेंदा है, हकीम गिन आंदा है मेरा बिरा जिंदा है, हकीम मैं दसाव जुलम तो न करे आदे जितू आग जियो जी आग हकीम के नादा निके निके हाथ बन के आदे मशहूर एडा सा तेरी बीवी जिंदा है, आदे हाँ जिंदा है तेरिया कोई थीं भी है, आदे हाँ मेरिया दो थीं शहज़ादा वतन तो मुंह करके आदे साड़िया भैन दी अपनी किस्मत दा क्यों ईद करीब साडा राग कड़िया वे दियो सर ओना भैन नो ईदा चंगिया मरहबा 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 मिन्नत ला तेरी बीवी माँ बन के बहन करे, तेरिया धीं बहना बन के बहन करें, मेरा बिरा बच पोसी तेरा सयतीम ते वड्डा एहसान। अद रात दे वेले मशकूर घर आया के डिठस बीवी दे सर ते चादर कोई ते इंज लगदा कि कदे तैयार है, झणक दे कहदे अद रात दे टाइम किन तैयार है, तेरे सर ते चादर कोई नहीं, आदि मशकूर तेन चादर याद है, मैं मुहम्मद दी धी दे खुले होए वार है, रोंदी वधी है ते आदि वधी है, जागो आत्माने गवाटो मेरे थी दे बचने रो, सुभान अल्लाह सुभान, एडी मकबूल रूहानियत थाले मजलिस, बानी मजलिस खुश नसीब हो सारे महल्ले आले, मेरे भाई नज़ाकत हुसैन मजलिस दे बानी है खुश नसीब हो, मुहम्मद अली दियाँ थियाँ अज तुआड़ियाँ मेहमान, दुनियादारी दे भी रवाज है ना बंदा मुकान वंजे ते फूड़ी दा वारिस नूं वे बंदे आदि नहीं, साडी मुकान ही नहीं होई इत्थे, अज 72 जनाजा तुहाडे सामने ते औखा वधा गरीब पुत्रां ते भरावां दी लाश ते, मेरे भाई नूं अल्लाह हयाती आला मातमी बेटा ता फरमा, यकीनन कबूलियत ते दुआ दा वक्त, बीवी नूं नाल लायस धीआं नूं नाल लाया, अच्छा धीआं नूं चावण दा इरादा कीता ते धीआं त्रै कदम पिछड़ जाण, बाबा एडा सा इहनां दीआं सकियां बहिणां नूं पता लग्गिया साडे विराह पे मरदे ने, असां चवीज के वञणा या दौड़ के वञणा, असा उवें वैसों जिमें बहना मोए बिरा दी लाश ते मातम करी दियाँ वैसों बहन करी दियाँ वैसों, बीवी नूं नाल लाया धीआं नूं नाल लाया, कैद खाने दे बाहर आके ना औखे लफ्ज़ ने भाई, कैद खाने दे बाहर आके सारे रुक गए, मशकूर दी बीवी आदि मिन्नत ला पहले महकू वंजन दे, वजड़ा सा सकदी आदि वेखना चाहदियाँ मावां तो बगैर यतीम मिट्टिया ते की वेसा, जिन्हां दी अम्मा कोल ना होवे जिन्हां दा बाबा कोल ना होवे, वेखा तो सही बिस्मिल्लाह पुत्रा की जिंदगी होगी केड़ी सोहनी हाई की आई, वेखा तो सही बिस्मिल्लाह कहना, वेखा तो सही यतीम मिट्टिया ते कीवे समझन, जिन्हां दी अम्मा कोल ना होवे जिन्हां दा बाबा कोल ना होवे, पहला कदम मशकूर दी बीवी अंदर रखे ते किताब दे लफ्ज़ ने वड्डे शहज़ादे दीद कीती ते कंड करके उच्चा रुन्ने, आदि शहज़ादा नाराज है, आदा यतीम अल्लाह रासी कह ते नाराज नहीं होती, वेख के कंड क्यों कर गए, आदे तेन पता ना उसी असा वड्डे परदादार खानदान नाल तलक रख दिया, तेरे सर ते चादर कोई सर ते चादर कर, मेरे भरा दा सर झोली च पा, माँ बन के वहन कर तेरी जन्नत रंग, मनजर न चुके भाई सारी झोली च पायस वहन दे बिल्कुल करीब आ गए, सारी झोली च पा के आदि बैठिए जाग माँ पंध करके मिलना है, दूआ वहन करके आदि जाग माँ बोसे खिलना है, न अखा खुलेंदे न बोलेंदे, मशकूर दी वड्डी धी आदि अम्मा मैं कोई इजाजत दे मैं फिरा नूं जगह, इजाजत मिली है सर झोली च पा के आदि बैठिए जाग भैन मिलना है, हुण भाई जिहड़ा बंदा आदे जिंदगी च मजले से चांदा रोवण लईआं दा फकत वेख के मर पा, न अखा खुलेंदे न बोलेंदे, मशकूर दी निक्की धी आदि अम्मा मैं कोई इजाजत दे मैं फिरा नूं जगह नहीं है, इजाजत मिली है इसते सर झोली च पा के आदि बैठिए जाग भैन ईद खेलण आए, ईद दा नाम आए आदा हूं ले आईओ जदा बाबा मारा गया हूं ले आईओ जदा लुटे, सुभान अल्लाह सुभान अल्लाह सुभान अल्लाह, आदि कर जा आजाद न होवे ना आजाद,
ਨਾ ਰੁੱਲ ਨਾ ਮੁਸਲਿਮ ਦੀ ਅਤੀ ਅਜਾ ਵੀ ਪੁੱਛਦਾ ਸ਼ੀਆ ਰੋਂਦੇ ਨੇ ਕੂਫਾ ਦੀਆਂ ਗਲੀਆਂ ਰੋਂਦੇ ਵਧੇ ਨਾ ਅੱਧੇ ਵਧਣ ਲੋਕੋ ਅਸਾਂ ਯਤੀਮਾਂ ਯਤੀਮਾਂ ਨਾਲ ਪਿਆਰ ਕਰਨਾ ਸਵਾਬ ਲੋਕ ਵੇਖੇ ਨਾ ਅੱਬਾਸ ਦੇ ਬਣੇ ਜਿਨ ਦਰਵਾਜ਼ੇ ਬੰਦ ਚੱਕਰੇ ਰੋਂਦੇ ਰੋਂਦੇ ਦੋਵੇਂ ਸ਼ਹਿਜ਼ਾਦੇ ਸ਼ਹਿਰ ਦੇ ਬਾਹਰ ਹਨ ਪੂਰੀ ਰਾਤ ਤਲਾਬ ਦੇ ਕਿਨਾਰੇ ਅਤੇ ਦਰਖਤ ਗੁਜ਼ਰ ਸੁਬਹ ਹੋਈਏ ਅਤੇ ਹਾਰਿਸ ਦੀ ਨੌਕਰਾਣੀ ਪਾਣੀ ਭਰਨ ਆਈਏ ਪਾਣੀ ਦੋਵੇਂ ਸ਼ਹਿਜ਼ਾਦਿਆਂ ਦੇ ਅਕਸ ਡਿੱਟੇ ਉੱਤੋਂ ਵੇਖ ਕੇ ਆਦੀਏ ਕੈ ਮਾਂ ਦੀ ਝੋਲੀ ਬਰਬਾਦ ਕੀਤੀ ਉਹਦੇ ਈਦ ਕਰੀਬ ਨੇ ਭੈਣਾਂ ਰਾਹ ਖੜੀਆਂ ਵੇਦੀਆਂ ਉਸਨੇ ਵੱਡਾ ਸ਼ਹਿਜ਼ਾਦਾ ਦੇ ਕਿਵੇਂ ਦੱਸੀਏ ਜੈ ਕੋ ਦੱਸੇ ਉਹ ਜ਼ੁਲਮ ਕਰੇ ਦੇ ਆਦੀਏ ਮੈਂ ਤੁਹਾਨੂੰ ਕੁਝ ਨਾ ਆਦੀ ਤੁਹਾਡਾ ਮੇਰਾ ਅੱਬਾਸ ਦਾ ਮੇਰ ਹੋਇਆ ਅੱਬਾਸ ਦਾ ਨਾਮ ਆਇਆ ਛੋਟਾ ਸ਼ਹਿਜ਼ਾਦਾ ਦੇ ਵੀਰੋ ਨਸਾ ਜਾ ਮਾਮੇ ਵਾਜ਼ੀ ਦਾ ਨਾਮ ਪਛੜ ਆਵਾਜ਼ੀ ਜਿਹਦਾ ਨਾਮ ਚਾਲਿਆ ਉਹਦੇ ਸੱਕੇ ਬਣੇ ਜੇ ਆ ਮੁਸਲਮ ਦੇ ਯਤੀਮ ਸਾਕੋ ਲੁੱਟ ਪੈ ਗਏ ਸਾਡਾ ਬਾਬਾ ਮਾਰ ਗਿਆ ਆਦੀਏ ਘਰ ਗਿਣ ਵਹਿੰਦੀਆਂ ਮੇਰੀ ਮਾਲਕ ਹੈ ਮੋਮਨਾ ਤੁਰ ਪੈਣ ਦੋਵੇਂ ਸ਼ਹਿਜ਼ਾਦੇ ਦੇ ਨਾਲ ਹਾਰਿਸ ਦੇ ਦਰਵਾਜ਼ੇ 'ਤੇ ਆਏ ਅਤੇ ਹਾਰਿਸ ਦੀ ਬੀਵੀ ਆਦੀਏ ਕਹਿੰਦੇ ਯਤੀਮ ਲੈ ਆਈਏ ਆਦੀਏ ਅੱਲਾ ਮਾਂ ਨਾ ਕਿ ਬੂਹੇ 'ਤੇ ਹਸਨ ਅਤੇ ਹੁਸੈਨ ਆ ਇਹ ਯਤੀਮ ਬੱਚੇ ਹਸਨ ਹੁਸੈਨ ਕਿਵੇਂ ਹੋ ਸਕਦੇ ਮਨ ਜਾਂ ਨਾ ਮਨ ਜਿਹੜਾ ਕੂਫਾ ਦੀਆਂ ਗਲੀਆਂ 'ਚ ਬੇਦਰਦੀ ਨਾਲ ਮਾਰਾ ਗਿਆ ਉਹਦੇ ਸੱਕੇ ਪੁੱਤਰ ਅੱਬਾਸ ਦੇ ਬਣੇ ਜੇ ਮੋਮਨਾ ਹੈ ਸ਼ਰਬਤ ਪਿਲਾਏ ਖਾਣੇ ਖਵਾਏ ਰਾਤ ਹੋਈਏ ਅਤੇ ਕਮਰੇ 'ਚ ਲੈ ਗਈਏ ਦੋ ਬਿਸਤਰ ਤਿਆਰ ਅੱਲਾ ਕਰੇ ਇਸ਼ਾਰਾ ਸਮਝ ਆਉਣ ਦੋ ਬਿਸਤਰ ਤਿਆਰ ਕਰ ਦਿੱਤੇ ਵੱਡਾ ਸ਼ਹਿਜ਼ਾਦਾ ਆਦਾ ਦੋ ਬਿਸਤਰ ਨਾ ਬਣਾ ਸਾਡਾ ਇੱਕੋ ਬਿਸਤਰ ਬਣਾ ਸ਼ਹਿਜ਼ਾਦਾ ਸਮਝ ਨਹੀਂ ਆਉਂਦੀ ਦੋ ਫਿਰਾਓ ਅਤੇ ਆਦਾ ਇੱਕੋ ਬਿਸਤਰ ਬਣਾ ਸ਼ਹਿਜ਼ਾਦਾ ਆਦਾ ਤੇਰਾ ਅਤੇ ਮੇਰਾ ਅੱਲਾ ਗਵਾ ਜਦਾਂ ਦੇ ਮਾਂ ਤੂੰ ਨਿਕਲਿਆ ਇਹਦੀ ਅੰਮਾ ਮਾਇਆ ਇਹਦਾ ਬਾਬਾ ਇੱਕ ਸਮੈਂਦਾ ਹੀ ਮੈਂ ਮਰਹਬਾ ਮਰਹਬਾ ਕੋਸ਼ਿਸ਼ ਕਰੇ ਸੋ ਭਾਈ ਮੁਸਲਿਮ ਦੀ ਵਾਹ ਭਾਈ ਵਾਹ ਵਾਹ ਇਹਦੀ ਅੰਮਾ ਹੀ ਮੈਂ ਹਾਂ ਇਹਦਾ ਬਾਬਾ ਹੀ ਮੈਂ ਹਾਂ ਇੱਕ ਸਮੈਂਦਾ ਹੀ ਮੈਂ ਤੁਰਦੇ ਵਾਰੀ ਮਾਂ ਨਿੱਕੇ ਬਿਰਾ ਦੀਆਂ ਭਾਰਤ ਦਿੱਤੀਆਂ ਅੱਛਾ ਇੱਕ ਦੋਵੇਂ ਨੂੰ ਗੱਲ ਆ ਕੇ ਸਮ ਗਏ ਅੱਧ ਰਾਤ ਦੇ ਵੇਲੇ ਜ਼ਾਲਮ ਘਰ ਆਇਆ ਬੀਵੀ ਖਾਣਾ ਦਿੱਤਾ ਆਦਾ ਖਾਣਾ ਤਾਂ ਉਸ ਵੇਲੇ ਖਾਸਾ ਜਦੋਂ ਮੁਸਲਿਮ ਦੀ ਯਤੀਮ ਲੱਪ ਆਦੀ ਹਯਾ ਕਰੇ ਆ ਕਲਮਾ ਮੁਹੰਮਦ ਦਾ ਪੜ੍ਹਦਾ ਮਰਿੰਦਾ ਉਸ ਦੀ ਔਲਾਦ ਨੂੰ ਹੈ ਜ਼ਾਲਮ ਆਦਾ ਇਨਾਮ ਦਾ ਲਾਲ ਇਹ ਗੱਲਾਂ ਹੋਈਆਂ ਉਦੋਂ ਵੱਡੇ ਸ਼ਹਿਜ਼ਾਦੇ ਨੂੰ ਬਾਬਾ ਖਾਬ ਵਿੱਚ ਮਿਲਿਆ ਆਏ ਕਰੇ ਸੋ ਜੀ ਤਿਆਰ ਹੋ ਵਹਿਣ ਸ਼ੁਰੂ ਕਰੀਏ ਵੱਡੇ ਸ਼ਹਿਜ਼ਾਦੇ ਨੂੰ ਬਾਬਾ ਖਾਬ ਵਿੱਚ ਮਿਲੇ ਆਦਾ ਬਾਬਾ ਹੁਣ ਬੱਚੜੇ ਡਾਢੇ ਥੱਕ ਪਏ ਛੋਟਾ ਸ਼ਹਿਜ਼ਾਦਾ ਵੱਡੇ ਭਰਾ ਦੇ ਗੱਲ ਆ ਕਰ ਉਹਨੇ ਅਤੇ ਜ਼ਾਲਮ ਦੇ ਕੰਨਾਂ 'ਤੇ ਆਵਾਜ਼ ਆਈ ਹੈ ਬੀਵੀ ਨੂੰ ਆਦੇ ਕਹਿੰਦੇ ਬੱਚਿਆਂ ਦੀ ਆਵਾਜ਼ ਆਦੀਏ ਪੜੋਸੀਆਂ ਦੇ ਉਸੇ ਜ਼ਾਲਮ ਆਦੇ ਪੜੋਸੀਆਂ ਦੇ ਹੋਵੇ ਨਾ ਜਿਵੇਂ ਰੁਣੇ ਹਨ ਕੋਈ ਚੁੱਪ ਕਰਾਵਣ ਵਾਲਾ ਵੀ ਹੋਵੇ ਜਿਵੇਂ ਰੋਂਦੇ ਪੈਣ ਮੈਨੂੰ ਯਕੀਨ ਹੈ ਮੁਸਲਿਮ ਦੀ ਯਤੀਮ ਹੈ ਔਖੇ ਲਫ਼ਜ਼ ਬੇ ਤਾਲਾ ਤਰੋੜ ਕੇ ਅੰਦਰ ਆਏ ਅੰਧੇਰੀ ਰਾਤ ਹੈ ਅੰਧੇਰਾ ਕਮਰਾ ਕਹਿ ਵੇਲੇ ਸੱਜੇ ਹੱਥ ਮਾਰਿਆ ਕਹਿ ਵੇਲੇ ਖੱਬੇ ਹੱਥ ਮਾਰਿਆ ਜਵਾਨ ਬੜਾ ਔਖਾ ਰੋਂਦੇ ਰੋ ਪਵੇਂ 40-40 ਸਾਲ ਰਾਤ ਰੋਂਦੇ ਇੱਕ ਕੋਨੇ 'ਚੋਂ ਆਵਾਜ਼ ਆਈ ਲੱਗਦਾ ਤੂੰ ਮਾਲਕ ਹੈ ਮਕਾਨ ਤੇਰੀ ਬੀਵੀ ਸਾਡੇ 'ਤੇ ਵੱਡਾ ਅਹਿਸਾਨ ਕੀਤਾ ਸ਼ਹਿਜ਼ਾਦੇ ਇੱਕ ਗੱਲ ਕੀਤੀ ਹੈ ਅਤੇ ਜ਼ਾਲਮ ਦੇ ਦੋਵੇਂ ਹੱਥ ਸ਼ਹਿਜ਼ਾਦਿਆਂ ਦੀਆਂ ਜ਼ੁਲਫਾਂ 'ਚ ਸੱਤ ਪੌੜੀਆਂ ਉੱਚਾ ਮਕਾਨ ਆ ਪਹਿਲੀ ਸੀੜੀ ਲੱਥੇ ਦੋਈ ਸੀੜੀ ਲੱਥੇ ਜਦੋਂ ਤ੍ਰੀ ਸੀੜੀ ਤੇ ਆਇਆ ਜ਼ਾਲਮ ਦੋਵੇਂ ਹੱਥ ਛੋੜ ਦੇ ਉਹ ਵੇਲੇ ਛੋਟਾ ਸ਼ਹਿਜ਼ਾਦਾ ਆਦਾ ਕੋਈ ਕੱਪੜਾ ਬੱਚੇ ਜਦੇ ਮੇਰੀ ਪਹਿਚਾਨੀ ਫਾਟ ਮਰਹਬਾ 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 ਅੱਲੋ ਇਹ ਹਾਇ ਕਰ ਕਰ ਵਾਲਾ ਅੱਲਾ ਬਿਸਮਿਲਲਾ ਕਰਾ ਮੌਲਾ ਦੇ ਜ਼ਾਕਿਰ ਵੀ ਸੋਹਣਾ ਰੋਂਦੇ ਬੈਠੇ ਆਦਾ ਕੋਈ ਕੱਪੜਾ ਬੱਚੇ ਤਦੇ ਮੇਰੀ ਪਹਿਚਾਨੀ ਫਟ ਗਈ ਹੈ ਪੂਰੀ ਰਾਤ ਦੋਵਾਂ ਸ਼ਾਲਾ ਦੇ ਰਸਤੂਨ ਦੇ ਨਾਲ ਮੈਂ ਫੂਲ ਚ ਕੀਤਾ ਤੇ ਜ਼ੁਲਮ ਕਰੇਂਦਾ ਰਿਹਾ ਭਾਵੇਂ ਪੜਦੇ ਰਹਿੰਦੇ ਆਏ ਅਹਿਸਾਨ ਕਰਕੇ ਅਹਿਸਾਨ ਨਾ ਜਤ ਲਾਵਣ ਵਾਲੇ ਖਾਨਦਾਨ ਜੋ ਕੇ ਜ਼ਿੰਦਗੀ ਦੀ ਆਖਰੀ ਰਾਤ ਦੋਵੇਂ ਸ਼ਾਲਾ ਦੇ ਅਹਿਸਾਨ ਪੈ ਜਤ ਲੈਂਦੇ ਕਦਾ ਤੇ ਕਿਵੇਂ ਜਦਾ ਜ਼ਾਲਮ ਦੋਵਾਂ ਸ਼ਾਲਾ ਦੇ ਰਸਤੂਨ ਦੇ ਨਾਲ ਮੈਂ ਫੂਲ ਜਗੀਦਾ ਵੱਡਾ ਸ਼ਹਿਜ਼ਾਦਾ ਦੇ ਹਰ ਸਵੇਰੇ ਕਰੀਬ ਜ਼ਾਲਮ ਕਰੀਬ ਵੱਡਾ ਸ਼ਹਿਜ਼ਾਦਾ ਦੇ ਇਹ ਦੱਸਾ ਤੇ ਕੋਈ ਮਕਾਨ ਕੈ ਬਣਵਾ ਦਿੱਤਾ ਜ਼ਾਲਮਾ ਦੇ ਮੈਂ ਨਹੀਂ ਜਾਣਦਾ ਤੇ ਤੂੰ ਨਹੀਂ ਜਾਣਦਾ ਮੈਂ ਜਾਣਦਾ ਤੂੰ ਸਾਡੇ ਮਾਮੇ ਅੱਬਾਸ ਦਾ ਨੌਕਰ ਆਵੇ ਇਹ ਮਕਾਨ ਤੇ ਕੋਈ ਸਾਡੇ ਮਰਹਬਾ ਮਰਹਬਾ ਆਏ ਤੇ ਕੁਝ ਨਾ ਲੱਗਦਾ ਆਏ ਕਰ ਛੋੜੇ ਬਿਸਮਿਲਲਾ ਕਰਾ ਤੂੰ ਸਾਡੇ ਮਾਮੇ ਅੱਬਾਸ ਦਾ ਨੌਕਰ ਆਵੇ ਯਾਦ ਕਰ ਮਕਾਨ ਤੇ ਕੋਈ
ਸਾਡੇ ਮਾਮੇ ਅੱਬਾਸ ਬਣਵਾ ਦਿੱਤਾ। ਯਾਦ ਕਰ ਤੇਰੀ ਸ਼ਾਦੀ ਸਾਡੇ ਮਾਮੇ ਅੱਬਾਸ ਕਰਾਈ ਆਏ। ਇੱਕ ਦਿਨ ਸਾਡਾ ਮਾਮਾ ਤੇਰੇ ਘਰ ਚ ਆਇਆ, ਤੈ ਸਾਡੇ ਮਾਮੇ ਦਾ ਘੋੜਾ ਇਸੇ ਸਤੂਤ ਨਾਲ ਜਮਦਾ। ਮੇਰੇ ਮਾਮੇ ਤੇ ਕੁਆ ਕਿਆ ਹਾਰ, ਯਾਦ ਰੱਖੇ ਥੰਬਿਆ ਨਾਲ ਹੈਵਾਨ ਬਲੀ ਲੈ ਅਸਾ ਅੱਬਾਸ ਦੇ ਭਾਣੇ ਜੇ। ਸੁਭਾਨ ਅੱਲਾ ਸੁਭਾਨ ਅੱਲਾ। ਜਵਾਨੀਆਂ ਮਾਰੇ ਅੱਲਾ ਤੇਰਾ ਮਾਤਮ ਕਬੂਲ ਫਰਮਾਵੇ। ਜ਼ਾਲੇ ਮਾਤਮ ਮੈਂ ਨਹੀਂ ਜਾਣਦਾ, ਸਾਰੀ ਰਾਤ ਚਾਚਾ ਜ਼ੁਲਮ ਕਰੇ ਦਰੀਏ। ਸੁਬਹ ਹੋਈਏ ਆਦੇ ਦਰਿਆ ਦੀ ਸੈਰ ਕਰਾਓ ਖਿਲਾਵਾ। ਔਖੇ ਲਫ਼ਜ਼ ਮਾਫ਼ ਕਰੇ ਸੋ ਦਰਿਆ ਦੀ ਮਾਣੇ। ਜ਼ਾਲੇ ਮਾਦੇ ਚੋਲੇ ਲਹਾਓ, ਹੁਣ ਘਰਾਂ ਦੇ ਵਾਰਸ ਬੈਠੇ ਹੋ। 5 ਜਾਂ 7 ਸਾਲ ਦਾ ਬੱਚਾ ਨਾ ਚੋਲਾ ਪਾ ਸਕਦਾ ਹੈ ਨਾ ਚੋਲਾ ਲਹਾ ਸਕਦਾ ਹੈ। ਮੰਦਰ ਨਾ ਚੁੱਕੇ ਵੱਡਾ ਲਹਾਈ ਕਰੇ, ਛੋਟਾ ਕੋਸ਼ਿਸ਼ ਕਰੇ ਚੋਲਾ ਨਹੀਂ ਪਿਆ ਲਹਾ ਸਕਦਾ। ਆਪਣੀਆਂ ਮਾਵਾਂ ਭੈਣਾਂ ਧੀਆਂ ਦੇ ਹਿੱਸੇ ਦਾ ਵੈਣ ਪਿਆਪਣਦਾ, ਜਦੋਂ ਕੋਸ਼ਿਸ਼ ਕੀਤੀ ਚੋਲਾ ਨਹੀਂ ਲਹਾ ਸਕਿਆ। ਇਹ ਜ਼ਾਲਮ ਕਰੀਬ ਆਇਆ ਇਹੋ ਜੇ ਅਜਰੇ ਰਸਾਲਾ ਦੇ ਤਲ ਅੰਮਾ ਅੰਮਾ ਕਰਕੇ ਜ਼ਮੀਨ ਤੇ ਜਾਣ ਗਈ ਹੈ। ਵੱਡਾ ਸਾਹਮਣੇ ਆ ਕੇ ਆਉਂਦਾ ਇੱਥੋਂ ਨਾ ਮਾਰ ਮੇਰੇ ਮਾਂ ਦੇ ਚੁੱਪਣ ਦੀ ਜਾਏ ਆਦੇ ਕੰਡ ਕਰ ਮੈਂ ਫਿਰਾ ਤੋਂ ਚੋਲਾ ਲਹੇ ਨਾ। ਜ਼ਾਲਮ ਕੰਡ ਕੀਤੀ ਹੈ ਵੱਡਾ ਝੁਕਦਾ ਝੁਕਦਾ ਫਿਰਾ ਤੇ ਮੋਦ ਝੁਕੇ ਰੋਂਦਾ ਖੜੇ ਤੇ ਆਦੇ ਖੜੇ ਪਾੜੇ ਨਾਲ ਲਾ ਓ ਲਾ ਚਾ ਚੋਲਾ ਰਾਹ ਦੇਖ ਨਹੀਂ ਸਜਣਾ ਦਾ ਅਸਾ ਮਾਂ ਕੋ ਹੁਣ ਨਾ ਮਾਤਮ ਮਾਤਮ ਕਰੇ ਸੋ ਅਸਾ ਮਾਂ ਕੋ ਹੁਣ ਨਾ ਓ ਮਿਲ ਸਕਦੇ ਨਹੀਂ ਮਾਮਾ ਮਦਾ ਦੁਕਵਾਂ ਦਾ ਛੋਟਾ ਤੇ ਇਹ ਜਿਹੜ ਕਾਂਡੇ ਨੇ ਮੈਂ ਤੂੰ ਗੱਠ ਨਹੀਂ ਖੁੱਲਦੀ ਵੈਨੇ ਦਿਲ ਮੈਡਿਆ ਘਬਰਾਂਦਾ ਮੈਂ ਕੋ ਇਹ ਤਾਂ ਦੱਸ। ਸੁਭਾਨ ਅੱਲਾ ਇਹ ਤਾਂ ਕਰਬਲਾ ਦਾ ਮੰਜ਼ਰ ਪਿਆ ਬਣਦਾ। ਮੈਂ ਤਾਂ ਮਿੰਬਰ ਛੁੜੇਂਦਾ ਪਿਆ ਹੈ ਜਦਾਂ ਵੱਡਿਆ ਕੇ ਚੋਲਾ ਲਹਾ ਵੈਣ ਉਹ ਪਿਆਪੜਦਾ ਜ਼ਿੰਦਗੀ ਦਰੋਣ ਵਾਸਤੇ ਕਾਫੀ ਹੋਵੇ ਸੀ। ਜਦਾਂ ਵੱਡਿਆ ਕੇ ਚੋਲਾ ਲਹਾ ਛੋਟੇ ਸ਼ਹਿਜ਼ਾਦੇ ਦਾ ਮੂੰਹ ਵਸਤਾਂ ਤੋਂ ਫਿਰ ਗਿਆ ਉੱਚਾ ਰੋਨੇ ਵੱਡਾ ਆਦਰ ਸੱਯਦ ਹੋ ਕੇ ਮੌਤ ਤੋਂ ਡਰ ਗਈ ਹੈ। ਆਦਰ ਨਹੀਂ ਮੇਰਾ ਵੀਰ ਕੋਈ ਵੇਲਾ ਯਾਦ ਆ ਗਏ ਵੱਡਾ ਆਦਰ ਕਿਹੜਾ ਵੇਲਾ ਯਾਦ ਕਰਕੇ ਰੋਂਦਾ ਖੜੇ ਛੋਟਾ ਆਦਰ ਆ ਯਾਦ ਗਿਆ ਮੈਂ ਉਹ ਜਦਾਂ ਟੁਰਦੇ ਆ ਵੇਲੇ ਅੰਮਾ ਪਿਆਰ ਕਰੇ ਦੀ ਰਹੀਏ ਨਸ ਹਾਜ਼ਰ ਕੋ। ਮੈਂ ਤਾਂ ਹਰ ਅਜ਼ਾਦਾਰ ਦਾ ਨੌਕਰ ਤੂੰ ਹਜ਼ਾਰ ਦਫ਼ਾ ਆਗ ਮੈਂ ਹਜ਼ਾਰ ਦਫ਼ਾ ਪੜ੍ਹਦਾ ਰਵਾਂ ਆ ਯਾਦ ਕੀ ਅੰਮਾ ਜਦਾਂ ਟੁਰਦੇ ਆ ਵੇਲੇ ਵਾਲਾ ਤੇ ਜਦੋਂ ਕੰਘੀਆਂ ਦੇਂਦੀ। ਹੁਣ ਜਿਹੜੇ ਮਾਤਮੀ ਬੈਠੇ ਹੋ ਵੇਖੋ ਮੇਰੇ ਪਾਸੇ ਲੋਂਦਾ ਖੜੇ ਤਿਆਦਾ ਖੜੇ ਕਈ ਵਾਰ ਪਵਾ ਕੇ ਚੋਲੇ ਸਾਕੂ ਕਈ ਵਾਰ ਲਹਿੰਦੀ ਰਹੀ ਆਦਿਆ ਯਾਦ ਰੱਖਾ ਇੰਜ ਬਟਣ ਖੁੱਲ ਇੰਜ ਬਟਣ ਖੁੱਲ ਸਾਹਮਣੇ। ਮੇਰੇ ਭਾਈ ਦੀ ਸਾਲ ਦੀ ਮਿਹਨਤ ਹੋ ਸਕਦੇ ਜ਼ਿੰਦਗੀ ਦੀ ਆਖਿਰ ਮਜਲ ਬਿਸਮਿਲ੍ਲਾ ਬਿਸਮਿਲ੍ਲਾ ਜਿਹੜੀਆਂ ਦਿਲਾਂ ਹੀ ਦੁਆਵਾਂ ਲਈ ਬੈਠੋ ਤੇਰਾ ਛੇਵਾਂ ਇਮਾਮ ਫਰਮਾਉਂਦਾ ਪੂਰੀ ਜ਼ਿੰਦਗੀ ਹੈ ਜਿਹੜੀ ਦੁਆ ਕਬੂਲ ਨਾ ਹੁੰਦੀ ਪਈ ਹੋ। ਜ਼ਾਕਿਰ ਪੜੇ ਅੱਬਾਸ ਦੇ ਬੜਿਆਜਿਆਂ ਦੀ ਸ਼ਹਾਦਤ ਵੱਧ ਉਹ ਦੁਆ ਸਾਹਮਣੇ ਰੱਖ ਬੈਠੇ ਕਰੋ ਯਕੀਨਨ ਕਬੂਲੀਅਤ ਦੁਆ ਦਾ ਰੱਖਦੇ। ਦੁਆ ਮੰਗੀ ਕਰ ਫਿਰਾ ਦੇ ਸਾਹਮਣੇ ਫਿਰਾ ਕਤਲ ਨਾ ਹੋਏ ਵੱਡਾ ਸਰ ਜੋ ਕਾਈ ਖੜੇ ਛੋਟਾ ਅੱਖਾਂ ਦੇ ਹੱਥ ਨਹੀਂ ਦਿਖੜੇ ਇਹ ਜ਼ਾਲਮ ਜ਼ੁਲਮ ਦਵਾਰ ਕੀਤਾ ਫਿਰਾ ਦੇ ਹੱਥਾਂ ਤੇ ਫਿਰਾ ਦਾ ਖੋਨਾ ਜਦ ਅੱਖਾਂ ਤੋਂ ਹੱਥ ਚਾਹੇ ਸਾਹਮਣੇ ਫਿਰਾ ਦੀ ਲਾਸ਼
ਤੜਪਦੀ ਪਈ ਹੈ। ਹੁਣ ਮੰਦਰ ਨਾ ਚੁੱਕ ਕੇ ਬਿਰਾ ਦਸਾ ਬਿਰਾ ਚ ਹੋਲੀ ਪਾਈ ਬੈਠੇ ਇੱਥੇ ਇਹ ਮੰਦਰ ਉਹ ਤੋਂ ਈਦ ਡੀ ਹੈ ਮੁਸਲਿਮ ਦੀਆਂ ਧੀਆਂ ਆ ਗਿਆ ਦਿਨ ਮਾਮਾ ਹੁਸੈਨ ਫੜੇ ਦੀਆਂ ਈਦ ਮੰਗਣ ਆਈਆਂ ਮੇਰਾ ਇਮਾਮ ਆ ਤੇ ਯਮਨੀ ਦੌਰ ਮੰਗਾ ਦੇਵਾ ਆ ਦਿਨ ਨਹੀਂ ਇੰਜ ਬਣਦੀ ਹੈ ਕਰਬਲਾ ਸਦਕੇ ਸਦਕੇ ਯਮਨੀ ਦੁਆ ਭਾਈ ਹਾਂ ਯਮਨੀ ਦੌਰਾਂ ਦੀ ਲੋੜ ਨਹੀਂ ਸਾਕੂ ਨਿਖਰੇ ਵੀਰ ਮਿਲਾ ਵੀਰਾਂ ਦਾ ਨਾਮ ਆਏ ਮੇਰੇ ਇਮਾਮ ਉਂਗਲੀਆਂ ਨਾਰਾਜ ਕੀਤੀਆਂ ਅੱਬਾਸ ਦੇ ਫੜਿਆ ਦੀਆਂ ਨਿਗਾਹ ਕੀਤੀਏ ਆਦਿਆਂ ਮਾਮਾ ਉਂਗਲੀਆਂ ਇੱਥੇ ਹੀ ਰੱਖ ਅਸੀਂ ਮਾਂ ਨੂੰ ਬੁਲਾ ਕੇ ਨਾਨੀਆ ਦੇਖੋ ਅੱਜੇ ਵੀ ਰੋਵਣ ਨਾ ਹੋਏ ਆਪਣੇ ਮੁਕੱਦਰ ਨੂੰ ਆਖੇ ਅੱਬਾਸ ਦੀ ਭੈਣ ਆਈਏ ਮੰਦਰ ਕਿਹੜਾ ਇੱਕ ਕੁੱਟਾ ਪੀਆ ਪੀਆ ਫਿਰਾ ਦਾ ਸਰ ਝੋਲੀ ਪਾਈ ਬੈਠੇ ਰੋਦਾ ਬੈਠੇ ਦਿਆ ਦਾ ਬੈਠੇ ਨੇ ਤਮਾਨ ਕਰੇ ਸਾਹਮਣੇ ਮੁਹਤਰਮ ਦੁਆ ਕਰਦਾ ਮੇਰੇ ਭਾਈ।